महाभयान उदयान।
देयानुपशनं संसारं रात वाला सब्जेक्ट लड़ी जोड़ना चाहना। गुरु तेग बहादुर पातशाह जी का शब्द सी, काहे रे बन खोजन जाई, रब दी ढूंढ करना कोई माड़ी गल नहीं। मनुख संसार अंदर पदार्थां दी ढूंढ करदा है, उडारियां लगाने वाले पंछी केवल दरख्तां दीयां टाणियां ते आलना पा के रहने वाले पंछी, ओ भी तां अपनी चोगे लई टाणियां छड के खंभां दे सहारे विचरदे ने ते एक एक दाना चुकदे ने अपनी रोजी लई। ढूंढे मनुख दी ढूंढदा कोई ना कोई निशाना है। मनुख जिंदगी अंदर सुखां दी ढूंढ विच है। देशों विदेश आया है तां किसे ढूंढ लई, पर इन्हां सारियां ढूंढां विच एक ढूंढ दा जिक्र गुरबाणी विच आया, ओ है काहे रे बन ढूंढन जाई। ओ भी ढूंढ है, ढूंढ माड़ी नहीं। उस एक एक दाने दी ढूंढ करने वाले पंछी नालों सुखां दी ढूंढ छड लई घर बार छड्डन वाले, परिवार छड्डन वाले, विदेशी औकड़ां झागन वाले मनुख नालों रब दी ढूंढ करन लई बणां विच जंगलां विच जाण वाला माड़ा की होया। उहदी ढूंढ ते चंगी है ना, कुछ नसीब है। दुनिया दी ढूंढ नहीं कर रहा, दीन दी ढूंढ कर रहा है। पर गुरु तेग बहादुर पातशाह जी ने यह लफज जिस आशय नाल, जिस ख्याल नाल वरते ने, वो आज समझना है। गुरु कहंदे ने काहे रे बन ढूंढन जाई, रब नू जंगलां विच ढूंढ रहे हैं कि जंगल बन बियाबान रब दे वसन दा टिकाना तू तसव्वुर कर लिया, समझ लिया है। बस आहे ओ भुलेखा मैं दूर करना चाहना, गुरु तेग बहादुर पातशाह कहंदे ने।
ਕਹਿੰਦੇ ਨੇ ਜੰਗਲ ਹੈ ਕਿ ਪਹਿਲਾਂ ਇਹ ਸਮਝ ਲੈ। ਮੈਂ ਰਾਤ ਵੀ ਕਰਜ਼ ਕੀਤੀ ਸੀ, ਹਰ ਚੀਜ਼ ਦੇ ਦੋ ਪਹਿਲੂ ਗੁਰੂ ਨੇ ਛੱਡ ਦਿੱਤੇ, ਰੱਬ ਨਹੀਂ ਛੱਡ ਦਿੱਤੇ ਨੇ। ਉਹਨਾਂ ਵਿੱਚੋਂ ਅਸੀਂ ਇੱਕ ਪਛਾਣਨਾ ਹੈ, ਰਾਹ ਦੋਵੇਂ ਇੱਕ ਜਾਣੇ ਸੋਈ ਸਿੱਝ ਸੀ। ਹਰ ਚੀਜ਼ ਵਿੱਚ ਦੋ ਪਹਿਲੂ ਨੇ, ਅਤੇ ਰਾਤ ਵੀ ਲਫਜ਼ ਆਏ ਸਨ ਨੇਕੀ ਬਦੀ, ਉਹਦੇ ਵਿੱਚੋਂ ਤੂੰ ਪਛਾਣ ਕਰਨੀ ਹੈ ਨੇਕੀ ਦਾ ਸਾਥੀ ਬਣਨਾ ਜਾਂ ਬਦੀ ਦਾ, ਚੰਗਾ ਮੰਦਾ, ਰਾਤ ਅੰਧੇਰਾ, ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਤੂੰ ਆਪਣੇ ਜੀਵਨ ਲਈ ਕੁਛ ਪਛਾਣ ਕਰਨਾ ਹੈ। ਐਨ ਦੋ ਅਰਾ ਦੋਵੇਂ ਗੁਰਬਾਣੀ ਹੈ, ਇੱਕ ਜਾਣੇ ਸੋਈ ਸਿੱਝ ਸੀ, ਦੋਵਾਂ ਵਿੱਚੋਂ ਇੱਕ ਦੀ ਪਛਾਣ ਕਰਨੀ ਹੈ। ਇਸੇ ਤਰ੍ਹਾਂ ਇੱਕ ਖਿਆਲ ਕਰੀ, ਬਣਦੇ ਵੀ ਦੋ ਪਹਿਲੂ ਨੇ। ਪਹਿਲਾਂ ਤਾਂ ਬਣ ਨੂੰ ਸਮਝਣਾ ਹੀ ਬੜਾ ਔਖਾ ਹੈ, ਕਿਉਂਕਿ ਮਨੁੱਖ ਜਿਹੜਾ ਹੈ ਉਹ ਬਣ ਦੀ ਇੱਕ ਗੱਲ ਤਾਂ ਆਸਾਨੀ ਨਾਲ ਸਮਝ ਲੈਂਦਾ ਕਿ ਜੰਗਲ ਉਹਨੂੰ ਕਹਿੰਦੇ ਨੇ ਜਿੱਥੇ ਹਰਿਆਵਲ ਹੋਵੇ ਪਰ ਤਰਤੀਬ ਕੋਈ ਨਾ ਹੋਵੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਬਾਗ ਅਤੇ ਜੰਗਲ ਵਿੱਚ ਕੀ ਫਰਕ ਹੈ? ਉੱਥੇ ਵੀ ਹਰਿਆਵਲ ਹੈ, ਉੱਥੇ ਵੀ ਹਰਿਆਵਲ ਹੈ, ਉੱਥੇ ਵੀ ਦਰਖਤ ਨੇ, ਉੱਥੇ ਵੀ ਦਰਖਤ ਨੇ, ਪਰ ਕੀ ਕਾਰਨ ਨੇ ਮਨੁੱਖ ਜੰਗਲਾਂ ਤੋਂ ਡਰਦਾ ਹੈ, ਜੰਗਲ ਦਾ ਰਸਤਾ ਨਹੀਂ ਅਪਣਾਉਂਦਾ ਅਤੇ ਬਾਗਾਂ ਦੀ ਸੈਰ ਕਰਨ ਜਾਂਦਾ ਹੈ? ਦੋਵਾਂ ਵਿੱਚ ਫਰਕ ਕੋਈ ਹੈ ਨਾ? ਹਰਿਆਵਲ ਦੋਹਾਂ ਵਿੱਚ ਹੈ, ਪਰ ਫਰਕ ਇਹ ਹੈ ਉਹਦੇ ਵਿੱਚ ਤਰਤੀਬ ਹੈ, ਉਹਦੇ ਵਿੱਚ ਤਰਤੀਬ ਕੋਈ ਨਹੀਂ। ਬਾਗ ਦਾ ਬੂਟਾ ਉਹਦਾ ਕੋਈ ਮਾਲੀ ਹੈ, ਅਤੇ ਮਾਲੀ ਨੇ ਹਰ ਬੂਟਾ ਜਿੰਨੀ ਜਿੰਨੀ ਦੂਰੀ 'ਤੇ ਉਹਦੇ ਵਧਣ ਫੁੱਲਣ ਲਈ ਥਾਂ ਚਾਹੀਦੀ ਹੈ ਓਨੀ ਓਨੀ ਦੂਰੀ 'ਤੇ ਲਗਾ ਦਿੱਤਾ ਹੈ। ਪਰ ਜੰਗਲ ਵਿੱਚ ਐਸੀ ਤਰਤੀਬ ਕੋਈ ਨਹੀਂ, ਉੱਥੇ ਬੇਤਰਤੀਬੇ ਬੂਟੇ ਪੈਦਾ ਹੋਏ ਨੇ। ਬਾਗ ਵਿੱਚ ਸੈਰ ਕਰਨ ਵਾਲਿਆਂ ਦੀ ਲੋੜ ਪ੍ਰਤੀਤ ਕਰਦਿਆਂ ਮਾਲੀ ਨੇ ਰਸਤੇ ਛੱਡੇ ਨੇ ਤਾਂ ਕਿ ਇੱਥੋਂ ਤੁਰ ਕੇ ਬਾਗ ਦੀ ਖੁਸ਼ੀ ਮਾਣ ਸਕਣ। ਜੰਗਲ ਵਿੱਚ ਐਸਾ ਨਹੀਂ, ਜੰਗਲ ਵਿੱਚ ਕੋਈ ਰਾਹਗੀਰ, ਕੋਈ ਮੁਸਾਫਰ ਫਸ ਜਾਏ ਉਹਨੂੰ ਰਾਹ ਦਾ ਹੀ ਨਹੀਂ ਪਤਾ ਨਾ ਲੱਗਦਾ ਕਿੱਥੋਂ ਜਾਵਾਂ, ਰਾਹ ਕਿਸ ਜਾਵਾਂ, ਕਿਉਂ? ਕਿਉਂਕਿ ਉੱਥੇ ਤਰਤੀਬ ਕੋਈ ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਬਣ ਬਿਹਾਵਲੇ ਬਣ ਬਿਹਾਵਲੇ ਇੱਕ ਸਾਥੀ ਲੱਧਮ। ਉੱਥੇ ਮਨੁੱਖ ਕੋਈ ਸਾਥੀ ਚਾਹੁੰਦਾ ਹੈ,
ਕੋਈ ਐਸਾ ਮੁਸਾਫਰ ਮਿਲ ਜਾਏ ਜਿਹੜਾ ਜੰਗਲਾਂ ਵਿੱਚ ਰਾਹ ਬਣਾਉਣ ਜਾਣਦਾ ਹੋਵੇ, ਪਛਾਣਨ ਜਾਣਦਾ ਹੋਵੇ, ਉਹ ਮੇਰੀ ਅਗਵਾਈ ਕਰੇ, ਕਿਉਂਕਿ ਮੈਂ ਵੀ ਜੰਗਲ 'ਚ ਫਸ ਗਿਆ। ਸਾਧੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਉਹ ਕੜੰਕੀ ਨੇ ਸਿਰਫ ਬੇਤਰਤੀਬੀ ਦਾ ਨਾ ਹੀ ਜੰਗਲ ਹੈ ਨਾ, ਬਾਕੀ ਤਾਂ ਹਰਿਆਵਲ ਹੈ, ਖੂਬਸੂਰਤੀ ਹੈ। ਸਿਰਫ ਜੰਗਲ ਦਾ ਨਾਮ ਇਸੇ ਲਈ ਦਿੱਤਾ ਗਿਆ ਨਾ, ਉੱਥੇ ਤਰਤੀਬ ਕੋਈ ਨਹੀਂ। ਅਤੇ ਜੇ ਭਲਾ ਤੇਰੇ ਜੀਵਨ ਸੰਸਾਰ ਵਿੱਚ ਵੀ ਕੋਈ ਤਰਤੀਬ ਨਾ ਹੋਵੇ ਤਾਂ ਇਹ ਸੰਸਾਰ ਹੀ ਜੰਗਲ ਨਹੀਂ ਹੋ ਜਾਏਗਾ। ਲਓ ਆਪਾਂ ਸਮਝਣਾ, ਉਸ ਜੰਗਲ ਵਿੱਚ ਜਿਹਨੂੰ ਅਸੀਂ ਜੰਗਲ ਕਹਿ ਕੇ ਪੁਕਾਰਨੇ ਹਾਂ, ਉਹਦੇ ਵਿੱਚ ਤਾਂ ਕਦੀ ਬਚ ਜਾਵਾਂਗੇ ਨਾ ਜਾਵਾਂਗੇ, ਜਾਂ ਕਦੀ ਜਾਵਾਂਗੇ ਮਜਬੂਰਨ। ਪਰ ਜੇ ਬੇਤਰਤੀਬੀ ਦਾ ਨਾਂ ਹੀ ਜੰਗਲ ਹੈ ਤਾਂ ਉਹ ਤਾਂ ਅਸੀਂ ਇੱਥੇ ਹੀ ਬਣਾ ਲਿਆ। ਅੱਜ ਸਾਡੇ ਜੀਵਨ ਵਿੱਚ ਕਿਹੜੀ ਤਰਤੀਬ ਹੈ? ਲਓ ਇੱਥੇ ਰੁਕਣਾ ਚਾਹੁੰਦਾ। ਉਸ ਜੰਗਲ ਤੋਂ ਬਚਿਆ ਜਾ ਸਕਦਾ ਹੈ, ਇਸ ਜੰਗਲ ਵਿੱਚ ਅਸੀਂ ਵਸ ਰਹੇ ਹਾਂ। ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਗੁਰਬਾਣੀ ਆਖਦੀ ਹੈ। ਕਰਦਾ ਗੁਰਬਾਣੀ ਵਿੱਚੋਂ ਸਾਨੂੰ ਸਭ ਕੁਛ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਨੇ ਉਦਿਆਨ ਬਸਨੰਗ ਸੰਸਾਰੰਗ। ਸੰਸਾਰ ਜਿਹੜਾ ਹੈ ਉਹ ਜੰਗਲ ਵਿੱਚ ਵਸ ਰਿਹਾ ਹੈ। ਢੂੰਡਣ ਵਾਲੇ ਰੱਬ ਨੂੰ ਜੰਗਲਾਂ ਵਿੱਚ ਢੂੰਡ ਰਹੇ ਨੇ। ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਰੋਕ ਰਹੇ ਨੇ, ਕਿਉਂ ਫਿਰਨਾ ਹੈ ਜੰਗਲਾਂ ਵਿੱਚ? ਅਤੇ ਇੱਥੇ ਜਦੋਂ ਮੈਂ ਆਪਣੇ ਜੀਵਨ ਵਿੱਚ ਚਾਹਤ ਮਾਰਨਾ, ਗੁਰੂ ਨੇ ਬੜੀ ਅਜੀਬ ਗੱਲ ਆਖ ਦਿੱਤੀ ਬਾਣੀ ਵਿੱਚ, ਦ੍ਰਿਸ਼ ਖਿੱਚਿਆ, ਕਹਿਣ ਲੱਗੇ ਤੂੰ ਜੰਗਲ ਤੋਂ ਬਚ ਹੀ ਨਹੀਂ ਸਕਦਾ, ਇਹਦੇ ਕੋਲ ਬਚਣ ਦਾ ਤਰੀਕਾ ਸਿੱਖ। ਆਓ ਕੋਸ਼ਿਸ਼ ਕਰਾਂਗਾ, ਇਸ ਵਾਰ ਜੇ ਨਾ ਹੋਇਆ ਤਾਂ ਅਗਲੇ ਹਫ਼ਤੇ ਫਿਰ ਆਪਾਂ ਇਸੇ ਟੌਪਿਕ ਨੂੰ ਅੱਗੇ ਲਿਜਾਵਾਂਗੇ, ਕਿਉਂਕਿ ਗੁਰਬਾਣੀ ਸਮਝਣ ਲਈ ਟਾਈਮ ਚਾਹੀਦਾ ਹੈ, ਸਮਾਂ ਚਾਹੀਦਾ ਹੈ। ਕਹਿੰਦੇ ਨੇ ਉਦਿਆਨ ਬਸਨੰਗ ਸੰਸਾਰੰਗ, ਸੰਸਾਰ ਜੰਗਲ ਵਿੱਚ ਰਹਿ ਰਿਹਾ ਹੈ। ਅਤੇ ਜੰਗਲ ਵਿੱਚ ਕੀ ਹੁੰਦਾ ਹੈ? ਬੇਤਰਤੀਬੀ, ਰਾਹ ਕੋਈ ਦਿਸਦਾ ਨਹੀਂ, ਕੋਈ ਟਿਕਾਣੇ ਦਾ, ਘਰ ਪਹੁੰਚਣਾ ਬੜਾ ਔਖਾ ਹੋ ਜਾਂਦਾ ਹੈ। ਜੰਗਲੀ ਖੂਨਖਾਰ ਜਾਨਵਰ, ਬੜੇ ਖਤਰਨਾਕ ਜਾਨਵਰ ਦੀਆਂ ਆਵਾਜ਼ਾਂ ਕੰਨਾਂ ਨੂੰ ਭੈ ਦਿੰਦੀਆਂ ਨੇ। ਅਤੇ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਜਦੋਂ ਮੈਂ ਸੰਸਾਰ ਵਿੱਚ ਦੇਖਣਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ, ਤਾਂ ਮੈਨੂੰ ਸੰਸਾਰ ਵੀ ਜੰਗਲ ਦਿਸਦਾ ਹੈ। ਜਦੋਂ ਮੈਂ ਇੱਥੇ ਦੇਖਣਾ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ, ਕਹਿ ਚੜਿਆ
ਫਿਰ ਕਹਿੰਦੇ ਨੇ ਹਾਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਮੈਂ ਤਾਂ ਭਾਲਦੀ ਹਾਂ ਵੀ ਇਸ ਜੰਗਲ ਵਿੱਚੋਂ ਮੈਨੂੰ ਕੋਈ ਰਾਹ ਮਿਲ ਜਾਏ, ਮੈਂ ਘਰ ਪਹੁੰਚ ਜਾਵਾਂ। ਬਚਨ ਦਾ ਰਾਹ ਹੈ ਵੀ ਜੰਗਲ, ਇੱਕ ਉਹ ਜੰਗਲ ਜਿੰਦਾ ਜ਼ਿਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੀਤਾ, ਇੱਕ ਸਾਡੇ ਜੀਵਨ ਦੇ ਅੰਦਰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈ ਉਹ ਸੰਸਾਰ ਜੰਗਲ। ਨਿਸ਼ਾਨੀ ਜੰਗਲ ਦੀ ਇੱਕੋ ਹੈ, ਉਸ ਅੰਧੇਰੇ ਵਿੱਚ ਉਸ ਜੰਗਲ ਵਿੱਚ ਵੀ ਰਾਹ ਨਹੀਂ ਲੱਭਦਾ। ਤੇ ਵਿਸ਼ਵਾਸ ਕਰਿਓ, ਇਸ ਜੰਗਲ ਵਿੱਚ ਜਿਹੜਾ ਅਸੀਂ ਬਣਾ ਲਿਆ ਹੋਇਆ ਹੈ ਸੰਸਾਰ ਨੂੰ, ਇਸ ਜੰਗਲ ਵਿੱਚ ਵੀ ਲੋਕ ਆਪਣੇ ਜੀਵਨ ਦਾ ਰਾਹ ਲੱਭ ਰਹੇ ਨੇ, ਰਾਹ ਨਹੀਂ ਲੱਭਦਾ। ਸਤਿਗੁਰੂ ਬਾਣੀ ਅੰਦਰ ਜਿਹੜੇ ਲਫ਼ਜ਼ ਆਖੇ ਨੇ ਉਹ ਜ਼ਰਾ ਸਮਝ ਲਈ, ਦੋ ਲਾਈਨਾਂ ਨੇ ਉਹਦੇ ਵਿੱਚ ਬੜਾ ਸੁੰਦਰ ਖੁਲਾਸਾ ਹੈ। ਸਤਿਗੁਰੂ ਕਹਿੰਦੇ ਨੇ ਉਦਿਆਨ ਬਸਨੰਗ ਸੰਸਾਰਿੰਗ, ਸੰਸਾਰ ਜਿਹੜਾ ਹੈ ਇਹ ਜੰਗਲ ਬਣ ਚੁੱਕਾ ਹੈ, ਅਸੀਂ ਉਸ ਜੰਗਲ ਵਿੱਚ ਵੱਸ ਰਹੇ ਹਾਂ। ਅਤੇ ਅਗਲੇ ਪਾਸੇ ਕਹਿੰਦੇ ਨੇ ਸੰਬੰਧੀ ਸਵਾਨ ਸਿਆਲ ਖਰੈ, ਇਹ ਤਿੰਨ ਨਾਮ ਨੇ ਗੁਰਬਾਣੀ ਵਿੱਚ। ਜੰਗਲ ਵਿੱਚ ਕੀ ਹੁੰਦੇ ਨੇ? ਖੂਨਖਾਰ ਜਾਨਵਰ, ਖੌਫ ਦੀਆਂ ਆਵਾਜ਼ਾਂ ਆਉਂਦੀਆਂ ਨੇ, ਇਹ ਹੁਣੇ ਗੁਰਬਾਣੀ ਦੀ ਤੁੱਕ ਆਈ ਸੀ ਕਿ ਜੰਗਲ ਵਿੱਚ ਖੌਫਨਾਕ ਬਾਹਰ ਵਿਡਾਨੜੇ, ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀਂ। ਤੇ ਇੱਥੇ ਵੀ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਮੇਰਾ ਸੰਬੰਧ, ਮੇਰਾ ਰਿਸ਼ਤਾ, ਮੇਰਾ ਲਗਾਓ, ਮੇਰਾ ਵਾਹ ਕਿੰਨਾ ਲੋਕਾਂ ਨਾਲ ਪੈ ਗਿਆ ਹੈ ਜਿਹੜੇ ਸਵਾਨ ਨੇ, ਕੁੱਤੇ ਸਿਆਲ ਨੇ, ਬਗਿਆੜ ਖਰੇ ਨੇ, ਖੋਤੇ, ਹੁਣ ਤਿੰਨ ਨਾਮ ਨੇ ਗੁਰਬਾਣੀ ਵਿੱਚ। ਕਹਿੰਦੇ ਨੇ ਇਸ ਕਿਸਮ ਦੇ ਲੋਕ ਇਸ ਸੰਸਾਰ ਵਿੱਚ ਜੰਗਲ ਵਿੱਚ ਵੱਸ ਰਹੇ ਨੇ ਅਤੇ ਉਹ ਮੇਰੇ ਜੀਵਨ ਨੂੰ ਬਰਬਾਦ ਕਰਨਾ ਚਾਹੁੰਦੇ ਨੇ। ਉਦਿਆਨ ਬਸਨੰਗ ਸੰਸਾਰਿੰਗ, ਸਲੋਕ ਸੰਸਕ੍ਰਿਤੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦਾ, ਪੰਚਮ ਪਾਤਸ਼ਾਹ ਜੀ ਦਾ ਬਚਨ ਹੈ ਇਹ, ਸਲੋਕ ਸੰਸਕ੍ਰਿਤੀ ਵਿੱਚ ਪੜ੍ਹ ਲਿਓ। ਉਦਿਆਨ ਬਸਨੰਗ ਸੰਸਾਰਿੰਗ, ਸੰਬੰਧੀ ਸਵਾਨ ਸਿਆਲ ਖਰੈ, ਇਹ ਸੰਬੰਧੀ ਨੇ। ਫਿਰ ਕਹਿੰਦੇ ਨੇ ਅਜੀਬ ਗੱਲ ਇਹ ਹੈ ਕਿ ਇਹ ਮਨ ਜਿਹੜਾ ਹੈ ਇਹ ਐਸੇ ਔਖੇ ਸਥਾਨ 'ਤੇ ਜੰਗਲ ਵਿੱਚ ਫਸ ਗਿਆ ਹੈ, ਔਕੜ ਵਿੱਚ ਫਸ ਗਿਆ ਹੈ, ਬਿਖਨਿੰਗ ਸਥਾਨ ਤੇ ਫਸਿਆ, ਕਿਹੜੀ ਅਜੀਬ ਗੱਲ ਹੈ। ਮਨ ਮੋਹ ਮਦਰੰਗ, ਮਨ ਜਿਹੜਾ ਹੈ ਉਹ ਮੋਹ ਦੀ ਸ਼ਰਾਬ ਪੀਤੀ ਹੋਈ ਹੈ, ਨਸ਼ੇ ਵਿੱਚ ਹੈ। ਹੁਣ ਭਲਾ ਐਸਾ ਮਨੁੱਖ ਭਲਾ ਰਾਹ ਕਿੱਥੇ ਢੂੰਡੇਗਾ? ਸਲੋਕ ਸੰਸਕ੍ਰਿਤੀ ਦਾ ਸਲੋਕ ਹੈ।
ਕਹਿੰਦੇ ਨੇ ਵਿਖਨਿੰਗ ਵਿਖਨ ਸਥਾਨੰ ਮਨ ਮੋਹ ਮਦਰੰਗ। ਮਨ ਜਿਹੜਾ ਹੈ ਉਹ ਮੋਹ ਦੀ ਸ਼ਰਾਬ ਵਿੱਚ ਫਸਿਆ, ਹਰ ਚੀਜ਼ ਨਾਲ ਕੁਝ ਛੱਡ ਕੇ ਨਹੀਂ ਜਾਣਾ ਚਾਹੁੰਦਾ, ਕੁਝ ਤਿਆਗਣਾ ਨਹੀਂ ਚਾਹੁੰਦਾ। ਮਨ ਮੋਹ ਮਦਰੰਗ। ਤੇ ਬੜੀ ਅਜੀਬ ਗੱਲ ਹੈ, ਇਸੇ ਜੰਗਲ ਵਿੱਚ ਮਹਾ ਅਸਾਦ ਪੰਚ ਤਸਕਰੈ, ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਬੜੇ ਖੂਨਖਾਰ ਬੜੇ ਜ਼ਾਲਮ ਜਾਨਵਰ ਰਹਿੰਦੇ ਨੇ, ਉਹ ਵੀ ਮੈਨੂੰ ਬਰਬਾਦ ਕਰ ਦੇਣਾ। ਐਸਾ ਜੰਗਲ ਹੈ, ਗੁਰੂ ਅਰਜਨ ਪਾਤਸ਼ਾਹ ਜੀ ਦਾ ਬਚਨ ਹੈ। ਕਹਿੰਦੇ ਨੇ ਕੈਸਾ ਜੰਗਲ 'ਚ ਫਸ ਫਸ ਗਿਆ। ਅੱਜ ਆਮ ਜ਼ਿੰਦਗੀ ਵਿੱਚ ਦੇਖਿਓ, ਸਾਡੇ ਚੁਗਿਰਦੇ ਵੀ ਐਸਾ ਨਹੀਂ, ਕੈਸੇ ਜੰਗਲ ਵਿੱਚ ਫਸ ਗਿਆ। ਬਲਕਿ ਇੱਥੋਂ ਤੱਕ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੇਰੇ ਲਈ ਕਲਕਾਤੀ ਰਾਜੇ ਕਸਾਈ ਧਨ ਪੰਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ, ਹਉਂ ਭੁੱਲੀ ਹਉਂ ਭਾਲ ਵਿਕੁੰਨੀ ਹੋਈ ਕਿਉਂ ਅੰਧੇਰੇ ਰਹੋ ਨ ਕੋਈ ਰਾਹ ਕੋਈ ਨਹੀਂ। ਬਾਹਰ ਵੀ ਜਾਣੇ ਨੇੜੇ ਹੁਮਸ ਤੁਮਸ ਨੇ, ਅਤੇ ਮੈਂ ਤਨ ਅਵਗੁਣ ਮੇਰੇ ਤਨ ਵਿੱਚ ਮੇਰੇ ਸਰੀਰ ਵਿੱਚ ਮੇਰੇ ਜੀਵਨ ਵਿੱਚ ਸਿਰਫ ਔਗੁਣ ਹੀ ਨੇ, ਗੁਣ ਮੇਰੇ ਕੋਲ ਹੋਈ ਨਹੀਂ, ਮੈਨੂੰ ਘਰ ਕਿਵੇਂ ਮਿਲੇ, ਰੋਸ਼ਨੀ ਕਿਵੇਂ ਮਿਲੇ। ਹੰਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਕੋਈ ਰਾਹ ਨਹੀਂ, ਐਸੇ ਜੰਗਲ ਵਿੱਚ ਫਸ ਗਿਆ। ਬਲਕਿ ਕਹਿਣ ਲੱਗੇ ਮੈਂ ਤਾਂ ਇਹ ਦੇਖਣਾ, ਬਾਣੀ ਦੀਆਂ ਤੁਕਾਂ ਹੈਰਾਨ ਹੁੰਦਾ ਕੈਸੇ ਕੈਸੇ ਭੇਤ ਖੁੱਲਦੀਆਂ ਨੇ। ਗੁਰੂ ਕਹਿੰਦੇ ਨੇ ਇਹ ਜੰਗਲ ਐਸਾ ਹੈ, ਇੱਥੇ ਤਾਂ ਧਰਮ ਨਾਮ ਥੱਲੇ, ਕਿਉਂਕਿ ਉਹਦੇ 'ਚ ਸੀ ਧਰਮ ਪੰਕਰ ਉੱਡ ਰਿਹਾ, ਅਤੇ ਜਿਹੜੀ ਚੀਜ਼ ਦੀ ਅਣਹੋਂਦ ਹੋਵੇ ਉਸੇ ਦੀ ਨਕਲ ਪੈਦਾ, ਮਨੁੱਖਾਂ ਨੂੰ ਸੰਸਾਰ ਨੂੰ ਲੋੜ ਪ੍ਰਤੀਤ ਹੋਵੇ ਪਰ ਅਣਹੋਂਦ ਹੋ ਜਾਏ। ਇੱਕ ਆਮ ਕਹਾਵਤ ਬਣੀ ਹੋਈ ਹੈ ਕਿ ਵਪਾਰੀ ਉਹ ਜਿਹੜਾ ਵੇਖਦਾ ਵੀ ਕਿਹੜੀ ਚੀਜ਼ ਦੀ ਅਣਹੋਂਦ, ਪਹਿਲਾਂ ਜਿਹੜੀ ਚੀਜ਼ ਦੀ ਅਣਹੋਂਦ ਹੋਵੇ ਬਾਜ਼ਾਰ ਵਿੱਚ ਮਾਰਕੀਟ ਵਿੱਚ ਉਸੇ ਦੀ ਨਕਲ ਚੱਲ ਜਾਣੀ। ਮਨੁੱਖ ਦੇ ਸਾਹਮਣੇ ਇੱਕ ਅਣਹੋਂਦ ਸੀ, ਧਰਮ ਪੰਕਰ ਉੱਡ ਰਿਹਾ, ਧਰਮ ਅਣਹੋਂਦ ਹੋ ਗਈ, ਅਤੇ ਹੁਣ ਧਰਮ ਨਾਮ ਦੀ ਨਕਲ ਚੱਲ ਪਈ। ਇਹ ਜੰਗਲ ਹੈ, ਗੁਰਬਾਣੀ ਆਪਣੀ ਰਸਨਾ ਤੋਂ ਕਹਿੰਦੀ ਹੈ। ਮਾਨ ਸਿਖਾਣੇ ਕਰੇ ਨਿਵਾਜ, ਕਿਉਂਕਿ ਧਰਮ ਪੰਕਰ ਉੱਡ ਰਿਹਾ, ਹੁਣ ਧਰਮ ਦੀ ਨਕਲ ਚੱਲ ਪਈ। ਗੁਰੂ ਕਹਿੰਦੇ ਨੇ ਮੈਂ ਇਸ ਜੰਗਲ ਵਿੱਚ ਕੀ ਦੇਖਣਾ, ਤੇ ਧਰਮ ਦੇ ਪਹਿਰਾਵੇ ਵਿੱਚ ਧਰਮ ਦੇ ਬਾਣੇ ਵਿੱਚ ਵੀ ਮਨ ਸਿਖਾਣੇ ਪੈਦਾ ਹੋ ਗਏ ਨੇ। ਮੇਰੇ ਫੈਸਲੇ ਨਹੀਂ, ਸਾਨੂੰ ਇਸ ਸੰਸਾਰ ਜੰਗਲ ਨੂੰ ਵੀ ਸਮਝਣਾ ਪਏਗਾ,
ਸਤਿਗੁਰੂ ਕਹਿੰਦੇ ਨੇ ਮੈਂ ਦੇਖਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਅਸੀਂ ਆਸਾ ਦੀ ਵਾਰ ਵਿੱਚ ਅਕਸਰ ਇਹ ਪੜ੍ਹਨੇ ਸੁਣਨੇ ਹਾਂ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਮਾਨ ਸਿਖਾਣੇ ਕਰੇ ਨਿਵਾਜ, ਜਿਹੜੇ ਮਨੁੱਖਾਂ ਦਾ ਰੱਤ ਪੀਣ ਵਾਲੇ ਨੇ ਉਹ ਨਮਾਜ਼ਾਂ ਪੜ੍ਹਨ ਵਾਲੇ ਨੇ, ਭਾਵ ਧਰਮੀ ਨੇ। ਮਾਨ ਸਿਖਾਣੇ ਕਰੇ ਨਿਵਾਜ, ਛੁਰੀ ਵਗਾਏ, ਜਿਨ੍ਹਾਂ ਦੇ ਹੱਥ ਵਿੱਚ ਛੁਰੀ ਹੈ ਦੂਜੇ ਨੂੰ ਕਹਿੰਦੇ ਨੇ, ਉਹਨਾਂ ਨੇ ਗਲ ਵਿੱਚ ਤਾਗ ਪਾਏ ਹੋਏ ਨੇ, ਜਨੇਊ ਪਾਏ ਹੋਏ ਨੇ, ਭਾਵ ਧਰਮੀਆਂ ਦਾ ਭੇਸ ਬਣਾਇਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਦੀ ਵਾਰ ਵਿੱਚ ਸ਼ਬਦ ਹੈ, ਕਹਿੰਦੇ ਨੇ ਮਾਨ ਸਿਖਾਣੇ ਕਰੇ ਨਿਵਾਜ, ਛੁਰੀ ਵਗਾਏ ਤਿੰਨ ਗਲ ਤਾਗ। ਕੀਤੀ ਸੀ ਭਲਿਓ, ਅਸੀਂ ਆਪਣੀ ਸਿੱਖ ਰਹਿਤ ਮਰਿਆਦਾ ਜਿਹਨੂੰ ਆਖਦੇ ਹਾਂ, ਜਿਹਦੇ ਪਿੱਛੇ ਬੜਾ ਜਹਾਜ਼ ਚੱਲਿਆ ਹੋਇਆ ਹੈ, ਉਹਦੇ ਵਿੱਚ ਇਹ ਤਾਂ ਲਿਖ ਦਿੱਤਾ ਹੈ ਕਿ ਮੁਸਲਮਾਨ ਦੇ ਹੱਥਾਂ ਦਾ ਬਣਿਆ ਹੋਇਆ ਕੁੱਠਾ ਨਹੀਂ ਖਾਣਾ। ਬੜਾ ਕੁਝ ਸਮੇਂ ਸਮੇਂ ਨਾਲ ਆਪਾਂ ਰੋਜ਼ ਵਿਚਾਰਦੇ ਹਾਂ, ਸਮੇਂ ਸਮੇਂ ਨਾਲ ਕਿਸੇ ਨਾ ਕਿਸੇ ਢੰਗ ਨਾਲ ਸਿਆਸਤ ਹੀ ਸਾਡੇ ਧਰਮ ਦੇ ਪਹਿਰਾਵੇ ਵਿੱਚ ਚੱਲਦੀ ਰਹੀ। ਇਹ ਵੀ ਇੱਕ ਸਿਆਸਤ ਸੀ, ਬ੍ਰਾਹਮਣਿਜ਼ਮ ਸੀ, ਕਿ ਸਿੱਖ ਨੂੰ ਮੁਸਲਮਾਨ ਤੋਂ ਦੂਰ ਕਰਕੇ ਬ੍ਰਾਹਮਣ ਦੇ ਨੇੜੇ ਕਿਵੇਂ ਕਰਨਾ ਹੈ। ਮੈਂ ਤਾਂ ਹੈਰਾਨ ਹੋਇਆ ਪਿਛਲੇ ਦਿਨਾਂ 'ਚ, ਪਿਛਲੀ ਅਕੈਡਮੀ ਵਿੱਚ ਇੱਕ ਵਾਰ ਲਗਾਤਾਰ ਕੁਛ ਦਿਨ ਇਹ ਸਬਜੈਕਟ ਚੱਲਿਆ ਸੀ, ਮਾਸ ਪ੍ਰਥਾ ਹੈ, ਉਹ ਖਾਲਸਾ ਨਿਊਜ਼ ਵਾਲੇ ਵੀਰ ਨੇ ਆਪਣੀ ਵੈਬਸਾਈਟ 'ਤੇ ਪਾਇਆ ਵੀ ਹੋਇਆ ਹੈ। ਉਹਦੇ ਵਿੱਚ ਇੱਕ ਲਫ਼ਜ਼ ਸਨ ਕਿ ਭਲੇ ਉਹ ਸਿੱਖ ਰਹਿਤ ਮਰਿਆਦਾ ਵਿੱਚ ਅਸੀਂ ਇਹ ਤਾਂ ਲਿਖ ਦਿੱਤਾ ਮੁਸਲਮਾਨ ਦੇ ਹੱਥਾਂ ਦਾ ਕੁੱਠਾ ਨਹੀਂ ਖਾਣਾ, ਪਰ ਕਿਹੜੀ ਅਜੀਬ ਗੱਲ ਹੈ, ਇਹ ਨਹੀਂ ਲਿਖਿਆ ਕਿਉਂਕਿ ਗੁਰਬਾਣੀ ਇੱਕ ਗੱਲ ਆਖ ਰਹੀ ਹੈ ਕਿ ਹੱਕ ਪਰਾਇਆ ਨਾਨਕਾ ਇਹ ਮੁਰਦਾਰ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨ ਖਾਏ, ਇਹ ਨਹੀਂ ਲਿਖਿਆ ਕਿਉਂਕਿ ਪਰਾਇਆ ਹੱਕ ਅਸੀਂ ਖਾਣਾ ਵਾਜਬ ਸਮਝਿਆ। ਬ੍ਰਾਹਮਣਿਜ਼ਮ ਸੀ ਕਿਉਂਕਿ ਬ੍ਰਾਹਮਣਿਜ਼ਮ ਨੇ ਇਹੋ ਹੋਰ ਕੋਈ ਮੁਸ਼ਕਲ ਕਿ ਅਸੀਂ ਕੋਈ ਬ੍ਰਾਹਮਣ ਦੇ ਦੁਸ਼ਮਣ ਨਹੀਂ, ਵਿਰੋਧੀ ਨਾ, ਗੁਰੂ ਕੋਈ ਬ੍ਰਾਹਮਣ ਦਾ ਦੁਸ਼ਮਣ ਸੀ, ਵਿਰੋਧੀ ਸੀ, ਗੁਰੂ ਤਾਂ ਬ੍ਰਾਹਮਣ ਦੀ ਪਰਿਭਾਸ਼ਾ ਆਪ ਕਰ ਰਿਹਾ ਕਿ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰੇ, ਵਿਰੋਧ ਨਹੀਂ। ਪਰ ਬ੍ਰਾਹਮਣਿਜ਼ਮ ਜੋ ਉਹਨੇ ਪੈਦਾ ਕੀਤੀ ਸੀ ਸੰਸਾਰ ਅੰਦਰ ਭੁਲੇਖੇ ਮੁਗਾਲਤੇ ਦੀ ਕਹਾਣੀ, ਉਹਦਾ ਮਸਲਾ ਸੀ, ਉਹਦਾ ਮਸਲਾ ਸੀ। ਇਸੇ ਲਈ ਇੱਕ ਖਿਆਲ ਕਰ ਦਿੱਤਾ ਗੁਰਬਾਣੀ ਨੇ ਸਪਸ਼ਟ ਕਿ ਛੁਰੀ ਵਗਾਏਨ ਤਿੰਨ ਗਲ ਤਾਗ, ਉਹਨਾਂ ਦੇ ਗਲ ਵਿੱਚ ਜਨੇਊ, ਤਿੰਨ ਘਰ ਬਾਮਨ ਪੂਰੇ ਨਾਦ,
ਉਹਨਾਂ ਬਿਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਵ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ। ਇਹ ਜੰਗਲ ਹੈ, ਜੰਗਲ ਨਿਰਾ ਬੂਟਿਆਂ ਦਾ ਨਹੀਂ, ਜੰਗਲ ਨਿਰਾ ਦਰਖਤਾਂ ਦਾ ਨਹੀਂ, ਜੰਗਲ ਦਾ ਇੱਕ ਸਿਧਾਂਤ ਹੈ ਬੇਤਰਤੀਬੀ, ਜਿੱਥੇ ਹਰ ਆਦਮੀ ਲਈ ਹਰ ਮੁਸਾਫਰ ਲਈ ਇੱਕ ਖਤਰਾ ਪੈਦਾ ਹੋਵੇ, ਹਰ ਕਦਮ ਕਿ ਉਤਰਾਂ ਦਾ ਰਹੇ, ਪਤਾ ਨਹੀਂ ਕਿੱਥੋਂ ਕਿਸ ਖੂਨਖਾਰ ਜਾਨਵਰ ਨੇ ਆ ਕੇ ਮੇਰੇ ਜੀਵਨ ਨੂੰ ਬਰਬਾਦ ਕਰ ਦੇਣਾ ਹੈ। ਉਸੇ ਦਾ ਨਾਂ ਜੰਗਲ ਹੈ, ਕੂੜੀ ਰਾਸ ਕੂੜਾ ਵਪਾਰ ਕੂੜ ਬੋੜ ਕਰੇ ਆਹਾਰ ਕਹਿਣ ਲੱਗੇ ਸਰਮ ਧਰਮ ਕਾ ਡੇਰਾ ਦੂਰ ਉਹ ਭਲੇ ਇੱਥੇ ਧਰਮ ਦੀ ਅਣਹੋਂਦ ਹੈ, ਉੱਥੇ ਧਰਮ ਦੀ ਅਣਹੋਂਦ ਨਹੀਂ, ਇੱਥੇ ਧਰਮ ਦੀ ਅਣਹੋਂਦ ਹੈ। ਕੋਈ ਧਰਮੀ ਨਾ ਹੋਵੇ, ਕੋਈ ਗੁਰਦੁਆਰੇ ਨਾ ਜਾਵੇ, ਕੋਈ ਧਰਮਸ਼ਾਲਾ ਨਾ ਜਾਵੇ, ਕੋਈ ਮਸੀਤੇ ਨਾ ਜਾਵੇ, ਕੋਈ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਪਾਠ ਨਾ ਕਰੇ, ਉਹ ਉਹਨਾਂ ਧਰਮੀ ਅਧਰਮੀ ਨਹੀਂ ਹੋ ਸਕਦਾ ਜਿਹੜਾ ਆਹ ਅਧਰਮੀ ਹੋ ਜਾਂਦਾ ਹੈ, ਜਿਹੜਾ ਦਿਖਾਵਾ ਕਰੇ ਧਰਮ ਦਾ। ਇਹ ਖਤਰਨਾਕ ਜ਼ਿਆਦਾ ਹੈ, ਇਹ ਜ਼ਿਆਦਾ ਖਤਰਨਾਕ ਹੈ ਜਿਹੜਾ ਦਿਖਾਵਾ ਕਰਦਾ ਧਰਮ ਦੇ ਪਹਿਰਾਵੇ ਵਿੱਚ ਛੁਰੀ ਲਈ ਬੈਠਾ ਹੈ। ਸਤਿਗੁਰੂ ਨੇ ਕਿਉਂ ਹੱਥ ਦਿੱਤਾ? ਮੱਥੇ ਟਿੱਕਾ, ਤਿੜ ਧੋਤੀ ਕਖਾਈ, ਪਹਿਰਾਵਾ ਬ੍ਰਹਮਨਿਜ਼ਮ ਦਾ ਪਹਿਰਾਵਾ ਧਰਮੀਆਂ ਵਾਲਾ, ਮੱਥੇ ਟਿੱਕਾ ਤਿੜ ਧੋਤੀ ਕਖਾਈ ਪਰ ਹੱਥ ਛੁਰੀ ਜਗਤ ਕਸਾਈ। ਕਹਿਣ ਲੱਗੇ ਮੈਂ ਕਸਾਈ ਕਿਹਨੂੰ ਆਖਾਂ, ਕਿਹਨੂੰ ਆਖਾਂ? ਬਲਕਿ ਗੁਰਬਾਣੀ ਅੰਦਰ ਇੱਕ ਥਾਂ ਕਿ ਦੋ ਲਾਈਨਾਂ ਨੇ ਮੁਖਾਤਬ ਕਰਕੇ ਗੁਰੂ ਨੇ ਆਖੀਆਂ। ਕਹਿਣ ਲੱਗੇ ਭਲੇ ਹੋ, ਜੀ ਵਧੋ ਸੋ ਧਰਮ ਕਰ ਥਾਪੋ। ਹੈਂ, ਕਸਾਈ ਨੇ ਆਪਣੇ ਕਸਾਈਪਣ ਨੂੰ ਸੰਸਾਰ ਅੰਦਰ ਪ੍ਰਵਾਨ ਚੜ੍ਹਾਉਣਾ ਸੀ, ਹੈ ਤਾਂ ਕਸਾਈ ਸੀ, ਹੱਥ ਛੁਰੀ ਜਗਤ ਕਸਾਈ, ਪਰ ਉਹਨੇ ਸੰਸਾਰ ਅੰਦਰ ਆਪਣੇ ਕਸਾਈਪਣ ਨੂੰ ਪ੍ਰਵਾਨ ਚੜ੍ਹਾਉਣਾ ਸੀ, ਉਹਨੇ ਤਰੀਕਾ ਕੀ ਵਰਤਿਆ ਕਿ ਉਹਦੇ ਉੱਤੇ ਧਰਮ ਦਾ ਕਵਰ ਚੜ੍ਹਾ ਲਿਆ। ਉਹਨੂੰ ਉਹਨੇ ਨਾਂ ਦੇ ਦਿੱਤਾ ਬਲੀ ਦੇਣਾ, ਕੁਰਬਾਨੀ ਦੇਣਾ। ਹੁਣ ਉਹੋ ਹੀ ਜਾਨਵਰਾਂ ਨੂੰ ਉਹ ਤਾਂ ਕਿਤੇ ਰਹਿ ਗਿਆ, ਹੌਲੀ ਹੌਲੀ ਚੱਲਦਾ ਚੱਲਦਾ ਮਨੁੱਖਾਂ ਦੀ ਬਲੀ ਵੀ ਆ ਗਿਆ। ਅਜੇ ਵੀ ਇਸ ਸੰਸਾਰ ਅੰਦਰ ਚੱਲ ਰਹੀ ਹੈ, ਅਨੇਕਾਂ ਥਾਵਾਂ 'ਤੇ ਤੁਸੀਂ ਦੇਖਦੇ ਹੋ ਬੱਚਿਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ, ਆਪਣੇ ਨਹੀਂ ਦੇ ਸਕਦਾ ਅਤੇ ਕਿਸੇ ਦੂਜੇ ਦੇ ਬੱਚੇ ਦੀ ਬਲੀ ਉਠਾ ਕੇ ਦਿੱਤੀ ਜਾਂਦੀ। ਅੱਜ ਵੀ ਪੰਜਾਬ ਅੰਦਰ ਹਿੰਦੁਸਤਾਨ ਅੰਦਰ ਕਿਸੇ ਨਾ ਕਿਸੇ ਕੋਨੇ ਵਿੱਚ ਉਹਦੀ ਖਬਰ ਆਉਂਦੀ ਰਹਿੰਦੀ, ਕਿਉਂਕਿ ਬਲੀ ਦੇਣੀ ਧਰਮ ਸਮਝ ਲਿਆ, ਧਰਮ ਦੀ ਸ਼ਕਤੀ ਸਮਝ ਲਿਆ। ਤੇਰੇ ਘਰ ਸੰਤਾਨ ਨਹੀਂ ਹੁੰਦੀ, ਤੂੰ ਕਿਸੇ ਦੀ ਬੱਚੇ ਦੀ ਬਲੀ ਦੇ, ਕਿਸੇ ਦੇ ਬੱਚਾ ਦਾ ਉਠਾ ਕੇ ਉਹਨੂੰ ਕਤਲ ਕਰ ਰਿਹਾ, ਬਲੀ ਦੇ ਰਿਹਾ, ਮੇਰੇ ਘਰ ਸੰਤਾਨ ਹੋ ਜਾਏ। ਅੱਜ ਵੀ ਹੋ ਰਿਹਾ, ਇਹ ਜਗਤ ਕਸਾਈ ਹੈ।
ਪਰ ਇਹ ਹੋ ਕਿਵੇਂ ਰਿਹਾ ਹੈ ਧਰਮ ਦੇ ਨਾਮ ਥੱਲੇ? ਇਹੋ ਜਿਹਾ ਕਸਾਈਪਣ ਕਰਾਉਣ ਵਾਲੇ ਧਰਮੀ ਪਹਿਰਾਵੇ ਵਿੱਚ ਕੋਈ ਨਾ ਕੋਈ ਸਾਧ ਸੰਤ ਹੈ। ਅਤੇ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਜੀ ਵਧੋ ਸੋ ਧਰਮ ਕਰ ਸਾਪੋ। ਜਦੋਂ ਤੁਸੀਂ ਬਲੀ ਦੇ ਨਾਮ 'ਤੇ ਜੀ ਮਾਰਦੇ ਹੋ ਉਦੋਂ ਉਹਨੂੰ ਧਰਮੀ ਆਖਦੇ ਹੋ। ਮੇਰੇ ਸਾਹਮਣੇ ਜਦੋਂ ਹੱਡ ਬੀਤੀਆਂ ਆਉਂਦੀਆਂ, ਤੁਸੀਂ ਅੱਜ ਵੀ ਦੇਖ ਸਕਦੇ ਹੋ, ਜਾ ਕੇ ਅੱਜ ਵੀ ਦੇਖ ਸਕਦੇ ਹੋ। ਹਜ਼ੂਰ ਸਾਹਿਬ ਜਾਓ, ਜਿਹੜਾ ਸਾਡਾ ਤਖ਼ਤ ਹੈ ਅਸੀਂ ਉਹਨੂੰ ਆਪਣਾ ਤਖ਼ਤ ਮੰਨਦੇ ਹਾਂ। ਹਾਲਾਂਕਿ ਇਹ ਇੱਕ ਵੱਖਰਾ ਵਿਸ਼ਾ, ਕਿਸੇ ਲਈ ਤਖ਼ਤਾਂ ਦੇ ਵਿਸ਼ਾ 'ਤੇ ਵਿਚਾਰ ਕਰਨੀ ਗੁਰਬਾਣੀ ਵਿੱਚੋਂ ਆਈ ਤਾਂ ਜ਼ਰੂਰ ਕਰਾਂਗਾ। ਸੁਭਾਅ ਰੱਖਿਆ ਹੋਇਆ ਇਹ ਸਥਾਨ ਇਸੇ ਲਈ ਨਿਸ਼ਚਿਤ ਕੀਤਾ ਸੀ ਕਿ ਮੈਂ ਗੁਰਬਾਣੀ ਦੁਆਰਾ ਖੁੱਲ੍ਹ ਕੇ ਗੱਲ ਕਰ ਸਕਾਂ, ਨਹੀਂ ਤਾਂ ਜੰਗਲ ਦਾ ਰਾਜ ਹੈ, ਜੰਗਲ ਦਾ ਰਾਜ ਹੈ। ਗੁਰੂ ਇੱਕ ਲਫ਼ਜ਼ ਕਹਿੰਦੇ ਨੇ ਜੀ ਵਧੋ ਸੋ ਧਰਮ ਕਰ ਥਾਪੋ। ਇਹ ਕਿਸੇ ਹੋਰ ਜਗ੍ਹਾ ਦੀ ਗੱਲ ਨਹੀਂ, ਹਜ਼ੂਰ ਸਾਹਿਬ ਦੱਖਣ ਨਦੇੜ ਜਿਹਨੂੰ ਸੱਚਖੰਡ ਆਖਿਆ ਜਾਂਦਾ ਹੈ, ਲਫ਼ਜ਼ ਸੱਚਖੰਡ ਹੈ, ਉਸ ਥਾਂ 'ਤੇ ਕਹੋ ਤਾਂ ਮੈਂ ਤੁਹਾਨੂੰ ਉੱਥੋਂ ਦੀ ਵੀਡੀਓ ਦਿਖਾ ਸਕਦਾ। ਉੱਥੇ ਵੀ ਬੱਕਰੇ ਨੂੰ ਚਟਕਾਇਆ ਜਾਂਦਾ ਹੈ, ਲੰਗਰ ਵਿੱਚ ਵਰਤਾਇਆ ਜਾਂਦਾ ਹੈ। ਆਹ ਬਹੁਤ ਸਾਰਾ ਵੱਡਾ ਕਾਫਲਾ ਹੈ, ਜਿਹੜੇ ਮਾਸ ਪ੍ਰਥਾ ਇਹ ਗੱਲ ਅੱਜ ਹਰ ਥਾਂ 'ਤੇ ਪੈਦਾ ਹੁੰਦੀ ਹੈ ਅਤੇ ਇਖਤਲਾਫ ਵੀ ਹੁੰਦੇ ਨੇ, ਟਕਰਾਓ ਵੀ, ਉਹ ਉੱਥੇ ਨਹੀਂ ਜਾਂਦੇ, ਉੱਥੇ ਨਹੀਂ ਜਾਂਦੇ, ਉੱਥੇ ਤਸਵੀਰ ਵੇਖ ਸਕਦੇ ਹੋ, ਵੀਡੀਓ ਵੇਖ ਸਕਦੇ ਹੋ, ਮੈਂ ਦਿਖਾ ਸਕਦਾ। ਦੋਵਾਂ ਪਿਛਲੀਆਂ ਲੱਤਾਂ ਤੋਂ ਫੜਿਆ ਹੋਇਆ ਬੱਕਰੇ ਨੂੰ, ਆਪਣੇ ਆਪ ਨੂੰ ਸਿੱਖੀ ਪਹਿਰਾਵੇ ਵਿੱਚ, ਮਹਾਨ ਪਹਿਰਾਵੇ ਵਿੱਚ, ਸਿੰਘੀ ਪਹਿਰਾਵੇ ਵਿੱਚ ਤਲਵਾਰ ਲੈ ਕੇ ਉਹਨੂੰ ਝਟਕਾਉਂਦਾ। ਔਰ ਵੇਖਣ ਵਾਲੇ ਸਾਧ ਸੰਗਤ ਹਜ਼ਾਰਾਂ ਦੀ ਤਾਦਾਦ ਵਿਚਾਰ 'ਚ ਫਿਰੇ ਖੜ੍ਹੀ ਹੈ, ਉੱਥੇ ਕੋਈ ਆਵਾਜ਼ ਨਹੀਂ ਦਿੰਦਾ। ਕਿਉਂ ਕਿਉਂ ਨਹੀਂ? ਕਿਉਂਕਿ ਉੱਥੇ ਜਿਹੜਾ ਅਜੀਬ ਦੇ ਹੋ ਰਿਹਾ ਧਰਮ ਦੇ ਨਾਮ ਥੱਲੇ ਹੋ ਰਿਹਾ ਹੈ। ਇਸ ਤਰ੍ਹਾਂ ਜੰਗਲ ਧਰਮ ਦੇ ਨਾਮ ਥੱਲੇ ਪੈਦਾ ਹੋ ਗਿਆ। ਫਿਰ ਜਦੋਂ ਉਹ ਝਟਕਾਇਆ ਜਾਂਦਾ, ਫਿਰ ਉਹਦੀ ਸਿਰੀ ਉਸੇ ਲਈ ਬਾਟੇ 'ਚ ਪਾ ਲਈ ਜਾਂਦੀ ਹੈ। ਦੌੜ ਕੇ ਸਿੰਘ ਅੰਦਰ ਜਾਂਦਾ, ਸੱਚਖੰਡ ਜਿਹਨੂੰ ਆਖਦੇ ਨੇ, ਹਜ਼ੂਰ ਸਾਹਿਬ ਗੁਰੂ ਅਸਥਾਨ, ਉੱਥੇ ਜਿੰਨੇ ਸ਼ਸਤਰ ਪਏ ਨੇ ਜਥੇਦਾਰ ਉੱਥੋਂ ਦਾ ਆਪ ਉਹਨਾਂ ਸ਼ਸਤਰਾਂ ਨਾਲ, ਉਹਨਾਂ ਤੀਰ ਨਾਲ ਖੂਨ ਲਾ ਕੇ, ਲਹੂ ਲਾ ਕੇ ਫਿਰ ਸਾਰਿਆਂ ਸ਼ਸਤਰਾਂ ਨੂੰ ਟਿੱਕਾ ਦਿੰਦਾ। ਦਰਵਾਜ਼ੇ 'ਤੇ, ਮੇਨ ਦਰਵਾਜ਼ੇ 'ਤੇ ਵੀ ਟਿੱਕਾ ਲਾਉਂਦਾ ਹੈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅਤੇ ਦੂਜੇ ਗ੍ਰੰਥ ਦੇ ਪਾਲਕੀਆਂ ਦੇ ਜਿਹੜੀਆਂ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੈ, ਉੱਥੇ ਵੀ ਖੂਨ ਦਾ ਟਿੱਕਾ ਲੱਗਦਾ, ਦੇਖ ਸਕਦੇ ਹੋ। ਪਰ ਉਹ ਧਰਮ ਹੈ, ਉੱਥੇ ਨਹੀਂ ਬੋਲਦੇ, ਉੱਥੇ ਕੋਈ ਝਗੜੇ ਇਖਤਲਾਫ ਨਹੀਂ, ਉੱਥੇ ਨਹੀਂ ਕੋਈ ਰੋਕਣ ਵਾਲਾ। ਸੋ ਭਲਿਓ, ਅਸਲ ਵਿੱਚ ਜੰਗਲ ਉਹ ਹੈ ਜਿੱਥੇ
ਬੇਤਰਤੀਬੀ ਹੋਵੇ, ਜਿੱਥੇ ਹਰ ਵਕਤ ਕੋਈ ਕੰਮ ਹੋਵੇ ਤਾਂ ਉਹਨੂੰ ਹੁਣ ਤਾਂ ਧਰਮ ਵੀ ਜੰਗਲ ਦੇ ਉਸ ਰੂਪ ਵਿੱਚ ਆ ਗਿਆ। ਤਾਂ ਹੀ ਸਤਿਗੁਰੂ ਨੇ ਇਹ ਗੱਲ ਬਣ ਕਹਿਣੀ ਪਈ, ਕਹਿਣ ਲੱਗੇ ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਤਾਂ ਫਿਰ ਕਸਾਈ ਕਿਹਨੂੰ ਆਖੋਗੇ? ਗੁਰਬਾਣੀ ਹੈ, ਖਿਮਾ ਕਰਨਾ ਮੈਂ ਆਪਣੀ ਜ਼ਬਾਨ ਨੂੰ ਪੁੱਛ ਲਈ, ਜੋ ਵੀ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ। ਪਰ ਦੁਖਾਂਤ ਇਹੋ ਹੀ ਹੈ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਿੱਖ ਨਹੀਂ ਜੀ ਰਿਹਾ, ਅੱਜ ਇੱਕ ਜੰਗਲ ਵਿੱਚ ਜੀਵ ਰਿਹਾ ਹੈ, ਜਿੱਥੇ ਜਿਸ ਕੀ ਲਾਠੀ ਉਸੀ ਕੀ ਭੈਂਸ। ਕਿਸੇ ਨੂੰ ਕੋਈ ਬੋਲਣ ਨਹੀਂ ਦਿੰਦਾ, ਕਿਸੇ ਨੂੰ ਕੋਈ ਗੱਲ ਨਹੀਂ ਕਰਨ ਦਿੰਦਾ। ਅਤੇ ਇੱਕ ਖਿਆਲ ਕਰਿਓ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਮੈਂ ਦੇਖਦਾ ਕੀ ਹਾਂ, ਉਦਿਆਨ ਬਸਨਿੰਗ ਸੰਸਾਰ। ਇੱਕ ਜੰਗਲ ਉਹ ਹੈ ਜਿਸ ਜੰਗਲ ਵਿੱਚ ਜੋਗੀ ਜਾਂਦੇ ਨੇ ਰੱਬ ਨੂੰ ਢੂੰਡਣ, ਇੱਕ ਬਣ ਉਹ ਹੈ ਜਿੱਥੇ ਜੋਗੀ ਘਰ ਬਾਰ ਛੱਡ ਕੇ ਉਸ ਜੰਗਲ ਵਿੱਚੋਂ ਉਸ ਬਣ ਵਿੱਚੋਂ ਰੱਬ ਢੂੰਡਣ ਜਾਂਦੇ ਨੇ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਨੂੰ ਆਖਦੇ ਨੇ ਭਲੇ ਉਹ ਰੱਬ ਉੱਥੇ ਨਹੀਂ ਬੈਠਾ, ਕਾਹਰੇ ਬਣ ਖੋਜਣ ਜਾਈ, ਰੱਬ ਉੱਥੇ ਨਹੀਂ ਬੈਠਾ। ਅਤੇ ਇੱਕ ਜੰਗਲ ਉਹ ਹੈ ਜਿਹਦੇ ਵਿੱਚ ਅਸੀਂ ਜੀਉ ਰਹੇ ਹਾਂ ਅਤੇ ਰੋਜ਼ ਰੱਬ ਦੀਆਂ ਗੱਲਾਂ ਕਰਨ ਵਾਲੇ ਜੀਉ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਵੀ ਪ੍ਰਕਾਸ਼ ਹੈ, ਨਮਸਕਾਰ ਇੱਥੇ ਵੀ ਕਰਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਕੋਈ ਫਰਕ ਨਹੀਂ ਪੈਣਾ, ਉਹ ਹਮੇਸ਼ਾ 500 ਸਾਲ ਤੋਂ 600 ਸਾਲ ਤੋਂ ਉਹ ਕੁਝ ਕਹਿ ਰਿਹਾ ਜੋ ਕੁਝ ਅੱਜ ਕਹਿ ਰਿਹਾ। ਪਰ ਸਾਡੀ ਹਾਲਤ ਉਹ ਹੈ ਜਿਵੇਂ ਐਸੇ ਤੋਂ ਲਾਈਨ ਵਿੱਚ ਇੱਕ ਤੁਕਾਈ ਸੀ ਕਿ ਮੋਹ ਮਨ ਮੋਹ ਮਦਰੰਗ, ਮਨ ਜਿਹੜਾ ਹੈ ਪਕੜਦੀ ਮੋਹ ਦੀ ਮਦਰਾ ਸ਼ਰਾਬ ਪੀ ਕੇ ਨਸ਼ੇ ਵਿੱਚ ਹੈ। ਅਤੇ ਮੋਹ ਕਿਸੇ ਚੀਜ਼ ਦਾ, ਇਹ ਮੇਰਾ ਗੁਰਦੁਆਰਾ ਇਹ ਵੀ ਮੋਹ ਹੈ, ਇਹ ਮੇਰਾ ਧਰਮ ਹੈ, ਇਹ ਮੇਰੀ ਮਰਿਆਦਾ ਹੈ, ਇਹ ਵੀ ਮੋਹ ਕਿਸੇ ਵਸਤੂ ਦਾ ਨਹੀਂ ਹੁੰਦਾ, ਮੋਹ ਖਿਆਲਾਂ ਦਾ ਵੀ ਹੁੰਦਾ ਹੈ। ਨਤੀਜਾ ਇਹ ਹੈ ਕਿ ਅੱਜ ਅਸੀਂ ਮੋਹ ਫੜ ਕੇ ਆਪਣੀ ਮਰਿਆਦਾ ਚਲਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣ ਲਈ ਵੀ ਤਿਆਰ ਨਹੀਂ ਕਿ ਤੈਨੂੰ ਕੀ ਚੰਗਾ ਲੱਗਦਾ ਹੈ, ਤੈਨੂੰ ਕੀ ਚੰਗਾ ਲੱਗਦਾ ਹੈ। ਅੱਜ ਜੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਪੁੱਛ ਲਈਏ ਨਾ, ਮੇਰੀ ਤੇਰੀ ਛੱਡ ਦੇਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਪੁੱਛ ਲਈਏ ਜੀ ਤੈਨੂੰ ਮਰਿਆਦਾ ਕਿਹੜੀ ਚੰਗੀ ਲੱਗਦੀ ਹੈ, ਤੂੰ ਇਸ ਸੰਸਾਰ ਜੰਗਲ ਵਿੱਚ ਭਲਾ ਮੈਨੂੰ ਕੋਈ ਰਾਹ ਦੱਸ ਸਕਣਾ ਹੋ, ਬਹੁਲ ਪਗੁਣੀ ਹੋਈ ਅੰਧੇਰੇ ਰਾਹ ਨਾ ਕੋਈ, ਤੂੰ ਮੈਨੂੰ ਕੋਈ ਰਾਹ ਦੱਸ ਸਕਣਾ,
ਤਾਂ ਵਿਸ਼ਵਾਸ ਕਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹ ਲੈ ਕੇ ਬੈਠਾ ਹੈ। ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ, ਕਹਿੰਦੇ ਨੇ ਬਲਿਹਾਰ ਜਾਓ ਬਲ ਜਹੋ ਬਲ ਜਾਓ, ਗੁਰ ਆਪਣੇ ਜਿਨ ਹਰ ਹਰ ਨਾਮ ਦਿਰਾਇਆ, ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ। ਭਿਆਨਕ ਜੰਗਲ ਵਿੱਚ ਜਿਹੜਾ ਗੁਰੂ ਰਾਹ ਦੱਸਦਾ ਹੈ ਉਹ ਗੁਰੂ ਸਾਡੇ ਕੋਲ ਪ੍ਰਕਾਸ਼ ਹੈ। ਕਿਤੋਂ ਬਾਹਰੋਂ ਭਾਲਣ ਨਹੀਂ ਜਾਣਾ, ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗਾਂ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਹਿਮਤ ਅਤੇ ਗੁਰੂ ਦਸਮ ਪਾਤਸ਼ਾਹ ਜੀ ਦੇ ਫੈਸਲੇ ਨਾਲ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਦਰਮਿਆਨ ਸਿੰਘਾਸਨ 'ਤੇ ਬੈਠਾ ਹੈ। ਅਸੀਂ ਗੱਲ ਨਹੀਂ ਸੁਣਦੇ, ਆਪਣੇ ਜੀਵਨ ਨੂੰ ਜੰਗਲ ਬਣਾਈ ਬੈਠੇ ਹਾਂ। ਅਸੀਂ ਚੌਗਿਰਦੇ ਖੌਫਨਾਕ ਜੰਗਲ ਵਿੱਚ ਜੀਵ ਰਹੇ ਹਾਂ, ਜੇ ਗੁਰੂ ਕੋਲੋਂ ਪੁੱਛ ਲਈਏ ਤਾਂ ਜੀਵਨ ਸੁਖਾਲਾ ਹੋ ਸਕਦਾ ਹੈ, ਪਰ ਅਸੀਂ ਇਸ ਜੰਗਲ ਨੂੰ ਹੀ ਆਪਣਾ ਘਰ ਸਮਝ ਲਿਆ ਹੈ। ਇਹ ਸਾਡੀ ਬੇਪਛਾਣਗੀ ਹੈ ਕਿ ਅਸੀਂ ਇਸ ਜੰਗਲ ਨੂੰ ਹੀ ਆਪਣਾ ਘਰ ਸਮਝੀ ਬੈਠੇ ਹਾਂ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਅਤੇ ਕਹਿਣ ਲੱਗੇ, ਮਹਾਭਿਆਨ ਬੜਾ ਭਿਆਨਕ ਜੰਗਲ ਅਤੇ ਮੈਂ ਉਹਨੂੰ ਆਪਣਾ ਘਰ ਸਮਝੀ ਬੈਠਾ, ਆਪਣਾ ਨਗਰ ਅਤੇ ਆਪਣਾ ਸ਼ਹਿਰ ਸਮਝੀ ਬੈਠਾ। ਮਹਾਭਿਆਨ ਉਦਿਆਨ ਮਹਾਭਿਆਨ ਉਦਿਆਨ ਨਗਰ ਝੂਠ ਸਮਗਰੀ ਪੇ
ਸਾਹਿਬ ਰਾਤ ਦੇ ਸ਼ਬਦ ਮੁਤਾਬਕ ਉਹਨਾਂ ਜੰਗਲਾਂ ਉਹਨਾਂ ਬਿਆਬਾਨਾਂ ਤੋਂ ਜਿੱਥੇ ਰੱਬ ਢੂੰਡਣ ਜੋਗੀ ਗਏ ਨੇ, ਕਹਿੰਦੇ ਨੇ ਨਹੀਂ ਕੀ ਫਾਇਦਾ, ਇੱਥੇ ਵੀ ਮਿਲ ਸਕਦਾ। ਕਦੀ ਤੂੰ ਆਪਣੇ ਜੀਵਨ ਨੂੰ ਬਾਗ ਬਣਾ ਲੈ ਜੰਗਲ ਨਾ ਰਹਿਣ ਦੇ, ਰੱਬ ਇੱਥੇ ਵੀ ਮਿਲ ਸਕਦਾ ਹੈ। ਹਰ ਜੰਗਲ ਤੋਂ ਭਾਲ ਵਿੱਚ ਢੂੰਡ ਵਿੱਚ ਆਪਣੇ ਜੀਵਨ ਦੀ ਕੀਮਤੀ ਸ਼ਕਤੀ ਗੁਆ ਬੈਠੇਗਾ, ਇਸ ਲਈ ਜੰਗਲ ਤੋਂ ਬਚ। ਜਿਹੜਾ ਉਹ ਜੰਗਲ ਹੈ ਉਹਦੇ ਵਿੱਚ ਵੀ ਕਈ ਫਜ਼ੀਲਤਾਂ ਨੇ, ਉਹ ਹੀ ਪ੍ਰਾਪਤ ਕਰ ਲੈ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਅੰਦਰ ਅਸੀਂ ਜੰਗਲ ਦੀਆਂ ਜਿਹੜੇ ਦੋਨੋਂ ਪਹਿਲੂ ਨੇ ਉਹਨਾਂ ਨੂੰ ਵਿਚਾਰਾਂਗੇ। ਗੁਰਬਾਣੀ ਵਿੱਚ ਤੋਂ ਜਦੋਂ ਮੈਂ ਸ਼ੁਰੂ ਕਰਨਾ, ਕੋਈ ਨਾ ਕੋਈ ਨਵਾਂ ਨਾ ਕੋਈ ਨਾ ਕੋਈ ਨਵਾਂ ਸਤਿਗੁਰੂ ਦਿੰਦਾ ਹੈ, ਇਹ ਵੀ ਵਿਚਾਰਨਾ ਹੈ ਉਸ ਜੰਗਲ ਵਿੱਚ ਕਿਹੜੀ ਖੂਬੀਆਂ ਨੇ, ਅਸੀਂ ਜਿਹੜਾ ਜੰਗਲ ਬਣਾਇਆ ਉਹਦੇ ਵਿੱਚ ਕਿਹੜੀਆਂ ਪਰੇਸ਼ਾਨੀਆਂ ਨੇ। ਆਓ ਗੁਰੂ ਬਖਸ਼ਿਸ਼ ਕਰੇ ਸਾਨੂੰ ਗੁਰੂ ਕੋਲੋਂ ਪੁੱਛਣਾ ਅਤੇ ਸਮਝਣਾ ਆ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।